ਡਰਾ ਸਾਨੂੰ ਇੰਦਰਾ ਨਹੀਂ ਸਕੀ, ਡਰਾ ਸਾਨੂੰ ਤੇਰਾ ਦਾਦਾ ਨਹੀਂ ਸਕਿਆ ਬੈਂਤਾ ਪੁੱਛਣ, ਤੇ ਤੂੰ ਕਿਹੜੀ ਚੀਜ਼ ਦੀ ਬਾਗ ਦੀ ਮੂਲੀ ਹੋਵੇ। ਮੇਰੀ ਬੇਨਤੀ ਆ ਨੌਜਵਾਨਾਂ ਨੂੰ, ਠੋਕਿਆ ਕਰੋ, ਇਹ ਲੋਕ ਗੁਲਾਮੈਨ ਪੈਂਦੇ ਨੇ, ਇਹ ਉਹਨਾਂ ਦੇ ਵਾਰਸ ਨੇ ਜਿਨ੍ਹਾਂ ਨੇ ਇੱਕ ਪੀੜ੍ਹੀ ਮਾਰ ਦਿੱਤੀ ਆਪਣੇ ਨੌਜਵਾਨਾਂ ਦੀ। ਤੇਰੀ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਓਏ, ਸੁਣ ਲੈ, ਤੇ ਤੇਰੀ ਭਾਸ਼ਾ ਦਾ ਜਵਾਬ ਤੇਰੀ ਭਾਸ਼ਾ ਦੇ ਵਿੱਚ ਹੀ ਦੇਵਾਂਗੇ। ਜਦੋਂ ਤੇਰਾ ਦਾਦਾ ਮੁੱਖ ਮੰਤਰੀ ਸੀ, ਜਦੋਂ ਨੌਜਵਾਨ ਜਾਂਦੇ ਸੀ ਨਾ, ਇਹ ਸਿਰਾਂ 'ਤੇ ਦਸਤਾਰਾਂ ਸਜਾਈਆਂ ਹੁੰਦੀਆਂ ਸੀ, ਦਾੜੇ ਰੱਖੇ ਹੁੰਦੇ ਸੀ, ਝੂਠੇ ਮੁਕਾਬਲੇ, ਤੇਰਾ ਦਾਦਾ ਹੀ ਕਰਾਉਂਦਾ ਸੀ। ਇੰਦਰਾ ਗਾਂਧੀ ਨੇ ਪਹਿਲਾਂ ਗੁਰੂ ਧਾਮਾਂ 'ਤੇ ਹਮਲਾ ਕੀਤਾ, ਉਹੀ ਅੱਗੇ ਤਰਜ 'ਤੇ ਤੇਰੇ ਦਾਦੇ ਨੇ ਸਿੱਖ ਕੌਮ ਦਾ ਵੈਰੀ ਬਣਿਆ। ਇੱਕ ਪੀੜ੍ਹੀ ਮਾਰ ਦਿੱਤੀ ਤੇਰੇ ਦਾਦੇ ਨੇ ਬਿਆਤਾ ਪੁੱਛਣ, ਤਾਂ ਹੀ ਕਹਿੰਦੀ ਆ ਸਿੱਖ ਕੌਮ ਤੇਰੇ ਦਾਦੇ ਨੂੰ। ਅਤੇ ਤੈਨੂੰ ਤਕਲੀਫ ਕਿਉਂ ਹੁੰਦੀ ਆ? ਕਿਉਂਕਿ ਜਦੋਂ ਸਿੱਖ ਕੌਮ ਦਾ ਉਹ ਕਤਲੇਆਮ ਕਰ ਰਿਹਾ ਸੀ ਤਾਂ ਉਹਨੂੰ ਸਿੰਘਾਂ ਨੇ ਸੋਧਾ ਲਾਇਆ ਤੇਰੇ ਦਾਦੇ ਨੂੰ, ਜਿਨ੍ਹਾਂ ਨੂੰ ਅਸੀਂ ਅੱਜ ਬੰਦੀ ਸਿੰਘ ਕਹਿੰਦੇ ਹਾਂ। ਵਾਰ ਵਾਰ ਤਾਂ ਹੀ ਤੂੰ ਜ਼ਹਿਰ ਉਗਲਦਾ, ਤਾਂ ਹੀ ਜ਼ਹਿਰ ਉਗਲਦਾ, ਸੱਪ ਦਾ ਬੱਚਾ ਸੱਪੀ ਆ ਅਸਲੀਅਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਆਂਤੇ ਬੁੱਚੜ ਦੇ ਪੋਤੇ ਰਵਨੀਤ ਬੁੱਟੀ ਨੂੰ ਉਹਦੀ ਭਾਸ਼ਾ ਦਾ ਜਵਾਬ ਦੇਣ ਲੱਗਾ, ਸੁਣ ਲਈ ਹੋਏ। ਜਿੰਨਾ ਨੁਕਸਾਨ ਤੇਰੇ ਦਾਦੇ ਨੇ, ਜਿਹਨੂੰ ਸਿੱਖ ਕੌਮ ਬਿਆਂਤਾ ਬੁੱਚੜ ਕਹਿੰਦੀ ਆ, ਇੰਨਾ ਕਿਸੇ ਨੇ ਨਹੀਂ ਕੀਤਾ ਹੋਣਾ, ਤਾਂ ਹੀ ਤੈਨੂੰ ਤਕਲੀਫ ਹੁੰਦੀ ਆ। ਜਦੋਂ ਤੇਰਾ ਦਾਦਾ ਮੁੱਖ ਮੰਤਰੀ ਸੀ, ਜਦੋਂ ਨੌਜਵਾਨ ਜਾਂਦੇ ਸੀ ਨਾ, ਇਹ ਸਿਰਾਂ 'ਤੇ ਦਸਤਾਰਾਂ ਸਜਾਈਆਂ ਹੁੰਦੀਆਂ ਸੀ, ਦਾੜੇ ਰੱਖੇ ਹੁੰਦੇ ਸੀ, ਝੂਠੇ ਮੁਕਾਬਲੇ, ਤੇਰਾ ਦਾਦਾ ਹੀ ਕਰਾਉਂਦਾ ਸੀ। ਇੰਦਰਾ ਗਾਂਧੀ ਨੇ ਪਹਿਲਾਂ ਗੁਰੂ ਧਾਮਾਂ 'ਤੇ ਹਮਲਾ ਕੀਤਾ, ਉਹੀ ਅੱਗੇ ਤਰਜ 'ਤੇ ਤੇਰੇ ਦਾਦੇ ਨੇ ਸਿੱਖ ਕੌਮ ਦਾ ਵੈਰੀ ਬਣਿਆ, ਅਤੇ ਤਾਂ ਹੀ ਤੈਨੂੰ ਤਕਲੀਫ ਹੁੰਦੀ ਆ। ਇਹ ਦਸਤਾਰਾਂ ਨੂੰ, ਇਹ ਦਾੜਿਆਂ ਦਾ ਵੈਰੀ ਸੀ ਤੇਰਾ ਦਾਦਾ, ਜਦੋਂ ਮੁੱਖ ਮੰਤਰੀ ਸੀ, KPS ਗਿੱਲ ਦੇ ਨਾਲ ਰਲ ਕੇ ਝੂਠੇ ਮੁਕਾਬਲੇ ਕੀਤੇ ਉਹਨੇ, ਨੌਜਵਾਨਾਂ ਨੂੰ ਮਾਰਿਆ, ਬੇਗੁਨਾਹ ਨੌਜਵਾਨਾਂ ਨੂੰ ਮਾਰਿਆ। ਇੱਕ ਪੀੜ੍ਹੀ ਮਾਰ ਦਿੱਤੀ ਤੇਰੇ ਦਾਦੇ ਨੇ, ਬਿਆਂਤਾ ਪੁੱਛੜ, ਤਾਂ ਹੀ ਕਹਿੰਦੀ ਆ ਸਿੱਖ ਕੌਮ ਤੇਰੇ ਦਾਦੇ ਨੂੰ। ਅਤੇ ਤੈਨੂੰ ਤਕਲੀਫ ਕਿਉਂ ਹੁੰਦੀ ਆ? ਕਿਉਂਕਿ ਜਦੋਂ ਸਿੱਖ ਕੌਮ ਦਾ ਉਹ ਕਤਲੇਆਮ ਕਰ ਰਿਹਾ ਸੀ ਤਾਂ ਉਹਨੂੰ ਸਿੰਘਾਂ ਨੇ ਸੋਧਾ ਲਾਇਆ ਤੇਰੇ ਦਾਦੇ ਨੂੰ, ਜਿਨ੍ਹਾਂ ਨੂੰ ਅਸੀਂ ਅੱਜ ਬੰਦੀ ਸਿੰਘ ਕਹਿੰਦੇ ਹਾਂ। ਭਾਈ ਬਲਵੰਤ ਸਿੰਘ ਰਾਜੂਆਣਾ ਜੀ, ਜਗਤਾਰ ਸਿੰਘ ਹਵਾਰਾ ਜੀ, ਹੋਰ ਅਨੇਕਾਂ ਬੰਦੀ ਸਿੰਘ ਜਿਹੜੀਆਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਅਤੇ ਜਦੋਂ ਉਹਨਾਂ ਨੂੰ ਛੱਡਣ ਦੀ ਗੱਲ ਆਉਂਦੀ ਆ ਤਾਂ ਤੇਰੇ ਤਕਲੀਫ ਹੁੰਦੀ ਆ। ਤਾਂ ਹੀ ਤੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਸਿੱਖ ਕੌਮ ਦੇ ਖਿਲਾਫ਼ ਬੋਲ ਰਿਹਾ। ਤੂੰ ਕਹਿੰਦਾ ਡਰ ਗਏ, ਕਿਸੇ ਤੋਂ ਨਹੀਂ ਡਰੇ ਅਸੀਂ, ਡਰਾ ਸਾਨੂੰ ਇੰਦਰਾ ਨਹੀਂ ਸਕੀ, ਡਰਾ ਸਾਨੂੰ ਤੇਰਾ ਦਾਦਾ ਨਹੀਂ ਸਕਿਆ ਬਿਆਂਤਾ ਬੁੱਚੜ, ਅਤੇ ਤੂੰ ਕਿਹੜੀ ਚੀਜ਼ ਦੀ ਬਾਗ ਦੀ ਮੂਲੀ ਹੋਏ? ਕਿਸੇ ਤੋਂ ਨਹੀਂ ਸੀ ਡਰਦੇ? ਖਾਲਸਾ ਝੰਡੇ ਦੇ ਹੇਠ ਸਿੱਖ ਕੌਮ, ਸਿੱਖ ਕੌਮੀਅਤ ਦੇ ਮੁੱਦਿਆਂ ਲਈ ਇੱਕਜੁੱਟ ਹੈ, ਇੱਕਜੁੱਟ ਹੋ ਕੇ ਲੜੂਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੂਹਰੇ ਹੋ ਕੇ ਲੜਾਈ ਲੜ ਰਹੀ ਹੈ, ਪੂਰੀਆਂ ਸਿੱਖ ਸੰਸਥਾਵਾਂ, ਸਿੱਖ ਕੌਮ ਇੱਕਮੁੱਠ ਹੋ ਕੇ ਲੜਾਈ ਲੜ ਰਹੀ ਹੈ, ਅਤੇ ਲੜਨੀ ਵੀ ਚਾਹੀਦੀ ਆ। ਮੇਰੀ ਬੇਨਤੀ ਆ ਨੌਜਵਾਨਾਂ ਨੂੰ, ਠੋਕਿਆ ਕਰੋ, ਇਹ ਲੋਕ ਗੁਲਾਮੈਨ ਪੈਂਦੇ ਨੇ, ਇਹ ਉਹਨਾਂ ਦੇ ਵਾਰਸ ਨੇ ਜਿਨ੍ਹਾਂ ਨੇ ਇੱਕ ਪੀੜ੍ਹੀ ਮਾਰ ਦਿੱਤੀ ਆਪਣੇ ਨੌਜਵਾਨਾਂ ਦੀ, ਇਹ ਦਸਤਾਰਾਂ ਦਾੜੀਆਂ ਦੇ ਵੈਰੀ ਨੇ, ਬਿਆਂਤ ਦਾ ਬੁੱਚੜ ਦਾ ਪਰਿਵਾਰ। ਤੇਰੀ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਓਏ, ਸੁਣ ਲੈ, ਅਤੇ ਤੇਰੀ ਭਾਸ਼ਾ ਦਾ ਜਵਾਬ ਤੇਰੀ ਭਾਸ਼ਾ ਦੇ ਵਿੱਚ ਹੀ ਦੇਵਾਂਗੇ। ਇਹ ਲੋਕ ਵੈਰੀ ਨੇ, ਨੌਜਵਾਨਾਂ ਨੂੰ ਬੇਨਤੀ ਹੈ, ਇਹਨਾਂ ਨੂੰ ਇਹਦੀ ਭਾਸ਼ਾ ਸਾਰੇ ਇੱਕ ਮੁੱਠ ਹੋ ਕੇ ਜਵਾਬ ਦਿਓ, ਅਤੇ ਲੜਾਈ ਲੜੋ, ਕਿਉਂਕਿ ਬੰਦੀ ਸਿੰਘਾਂ ਨੇ ਕੌਮ ਲਈ ਲੜੇ ਨੇ, ਕੋਈ ਜਾਤੀ ਲੜਾਈ ਨਹੀਂ ਸੀ ਬੰਦੀ ਸਿੰਘਾਂ ਦੀ, ਕੌਮ ਲਈ ਲੜੇ ਨੇ, ਕੌਮ ਦੇ ਦਰਦ ਲਈ ਲੜੇ ਨੇ, ਸਾਡੇ ਬਜ਼ੁਰਗਾਂ ਦੇ ਜਿਨ੍ਹਾਂ ਦੀਆਂ ਝੂਠੇ ਮੁਕਾਬਲੇ ਕੀਤੇ ਉਹਨਾਂ ਲਈ ਲੜੇ ਨੇ, ਤਾਂ ਉਹਨਾਂ ਨੇ ਸੋਧੇ ਲਾਏ, ਤਾਂ ਉਹ 25-25 30-30 32-32 ਸਾਲ ਤੋਂ ਜੇਲ੍ਹਾਂ 'ਚ ਬੰਦ ਨੇ। ਇਹ ਰਵਨੀਤ ਬੁੱਟੂ ਵਰਗਿਆਂ ਨੂੰ ਔਕਾਤ ਦਿਖਾਇਆ ਕਰੋ ਕਿ ਤੇਰੇ ਦਾਦੇ ਨੂੰ ਸਿੱਖ ਕੌਮ ਬਿਆਂਤਾ ਬੁੱਚੜ ਕਹਿੰਦੀ ਆ, ਓਏ ਬਿਆਂਤਾ ਬੁੱਚੜ ਕਹਿੰਦੀ ਆ, ਅਤੇ ਤੂੰ ਵੀ ਬਿਆਂਤੇ ਬੁੱਚੜ ਤੋਂ ਘੱਟ ਨਹੀਂ, ਤੂੰ ਵੀ ਰਵਨੀਤ ਬੁੱਚੜਾ ਬੁੱਚੜ, ਕਿਉਂਕਿ ਸਿੱਖ ਕੌਮ ਦਾ ਤੈਨੂੰ ਦਰਦ ਨਹੀਂ, ਵਾਰ ਵਾਰ ਤਾਂ ਹੀ ਤੂੰ ਜ਼ਹਿਰ ਉਗਲਦਾ, ਤਾਂ ਹੀ ਜ਼ਹਿਰ ਉਗਲਦਾ, ਸੱਪ ਦਾ ਬੱਚਾ ਸੱਪੀ ਆ ਫਿਰ ਤੂੰ ਅਸਲੀਅਤ ਦੇ ਵਿੱਚ। ਸੋ ਇਸ ਲਈ ਤੈਨੂੰ ਤੇਰੀ ਭਾਸ਼ਾ ਜਵਾਬ ਦੇ ਰਹੇ ਹਾਂ, ਅਤੇ ਜੇ ਇੱਕ ਗੱਲ ਬੋਲੇਗਾ ਚਾਰ ਤੈਨੂੰ ਸੁਣਾਵਾਂਗੇ, ਕਿਉਂਕਿ ਤੁਹਾਡਾ ਜਿਹੜਾ ਖਾਨਦਾਨ ਆ ਉਹ ਸਾਰਾ ਪੰਜਾਬ, ਸਾਰੀ ਸਿੱਖ ਕੌਮ ਜਾਣਦੀ ਹੈ।
ਕਿ ਤੁਸੀਂ ਸਿੱਖ ਕੌਮ ਦੇ ਨਾਲ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।